ਇਹਦਾ ਸਰ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਇਹ ਰੈਕਟ ਹੈ ਇਹਨਾਂ ਦਾ, ਹਰ ਸ਼ਹਿਰ ਦੇ ਵਿੱਚ ਇਹੀ ਕੰਮ ਚੱਲ ਰਿਹਾ, ਬੰਦੇ ਬਾਹਰੋਂ ਆਉਂਦੇ ਨੇ, ਕੋਈ ਗਿਰਵੀ ਰਖਵਾ ਜਾਂਦਾ, ਕੋਈ ਚੋਰੀ ਦਾ ਮਾਲ ਹੁੰਦਾ, ਪੰਜ ਚੀਜ਼ਾਂ ਰੱਖੀਆਂ ਨੇ ਇਹ ਨਹੀਂ ਹੈਗੇ ਖਰੀਦ ਕੇ ਮੈਨੂੰ ਕਹਿੰਦਾ ਮੇਰੀ ਘਰ ਵਾਲੀ ਪੀਜੀ ਦਾਖਲ ਹੈ ਤੇ ਮੈਂ ਤੁਹਾਨੂੰ ਸੱਚ ਦੱਸਦਾ। ਇੱਕ ਸੁਨਿਆਰੇ ਨੂੰ ਚੂਨਾ ਲਗਾਉਣ ਆਏ ਦੋ ਮੁੰਡਿਆਂ ਦੇ ਨਾਲ ਉਦੋਂ ਮਾੜੀ ਹੋ ਗਈ ਜਦੋਂ ਪੁਲਿਸ ਦੇ ਹੱਥੀ ਚੜ ਗਏ। ਦਰਅਸਲ ਦੋਵੇਂ ਮੁੰਡੇ ਨਕਲੀ ਗਹਿਣੇ ਲੈ ਕੇ ਦੁਕਾਨ ਤੇ ਪਹੁੰਚੇ ਸਨ ਅਤੇ ਸੁਨਿਆਰੇ ਨੂੰ ਇਹ ਗਹਿਣੇ ਵੇਚਣ ਦੀ ਗੱਲ ਆਖ ਰਹੇ ਸਨ, ਪਰ ਜਿਵੇਂ ਹੀ ਦੁਕਾਨਦਾਰ ਨੇ ਗਹਿਣੇ ਮਸ਼ੀਨ 'ਚ ਧਰੇ ਤਾਂ ਉੱਥੇ ਹੋਸ਼ ਉੜ ਗਏ ਕਿਉਂਕਿ ਇਹ ਗਹਿਣੇ ਨਕਲੀ ਸਨ। ਵੱਡੀ ਗੱਲ ਇਹ ਸੀ ਕਿ ਸੁਨਿਆਰੇ ਨੇ ਇਸ ਗਹਿਣਿਆਂ ਦੇ ਉੱਤੇ ਸਰਕਾਰੀ ਸਟੈਂਪ ਵੀ ਲੱਗੀ ਦੇਖੀ ਸੀ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਗਹਿਣੇ ਅਸਲੀ ਨੇ। ਪਰ ਇੱਥੇ ਵੱਡੀ ਹੇਰਾਫੇਰੀ ਹੋ ਰਹੀ ਹੈ ਜਿੱਥੇ ਨਕਲੀ ਗਹਿਣਿਆਂ ਦੇ ਉੱਤੇ ਵੀ ਸਰਕਾਰੀ ਸਟੈਂਪ ਲੱਗੀ ਹੈ ਤੇ ਲੋਕ ਇੱਥੇ ਨਕਲੀ ਗਹਿਣਿਆਂ ਨੂੰ ਵੇਚਣ ਦੇ ਲਈ ਪਹੁੰਚ ਰਹੇ ਨੇ। ਹੁਣ ਇਹ ਦੋ ਮੁੰਡੇ ਜੋ ਇੱਥੇ ਦੁਕਾਨ 'ਚ ਪਹੁੰਚੇ ਸਨ, ਜੋ ਗਹਿਣੇ ਨਕਲੀ ਲੈ ਕੇ ਆਏ ਸਨ, ਵੇਚਣਾ ਚਾਹੁੰਦੇ ਸਨ, ਦੁਕਾਨਦਾਰ ਨੂੰ ਚੂਨਾ ਲਗਾਉਣਾ ਚਾਹੁੰਦੇ ਸਨ, ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦਾ ਰਾਜ਼ ਖੁੱਲ ਗਿਆ। ਫਿਰ ਸੁਨਿਆਰੇ ਨੇ ਵੀ ਬਿਨਾਂ ਦੇਰ ਕੀਤੇ ਇੱਥੇ ਪੁਲਿਸ ਨੂੰ ਸੱਦ ਲਿਆ। ਸ਼ੱਕ ਹੋਣ ਤੇ ਇੱਕ ਤਾਂ ਫਰਾਰ ਹੋ ਗਿਆ, ਜਦਕਿ ਦੂਸਰਾ ਮੁੰਡਾ ਪੁਲਿਸ ਨੇ ਕਾਬੂ ਕਰ ਲਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਜਿਸ ਮੁੰਡੇ ਨੂੰ ਫੜਿਆ ਹੈ ਉਹਨਾਂ ਦਾ ਪੁਰਾਣਾ ਗਾਹਕ ਹੈ ਤੇ ਜੋ ਉਸਦੇ ਨਾਲ ਮੁੰਡਾ ਆਇਆ ਸੀ ਉਸਦੇ ਕੋਲ ਨਕਲੀ ਗਹਿਣੇ ਸਨ ਜਿਨ੍ਹਾਂ ਤੇ ਸਰਕਾਰੀ ਸਟੈਂਪ ਲੱਗੀ ਹੋਈ ਸੀ ਤੇ ਉਸਨੂੰ ਵੇਚਣਾ ਚਾਹੁੰਦਾ ਸੀ। ਇਸ ਤੋਂ ਪਹਿਲਾਂ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਸੁਨਿਆਰੇ ਦੀ ਦੁਕਾਨ ਤੇ ਨਕਲੀ ਮੁੰਦਰੀ ਦੇ ਕੇ 20,000 ਰੁਪਏ ਲੈ ਗਿਆ ਸੀ। ਇੱਥੇ ਸੁਨਿਆਰਿਆਂ ਨੇ ਇਹ ਵੀ ਕਿਹਾ ਹੈ ਕਿ ਇਹ ਵੱਡੀ ਧਾਂਦਲੀ ਹੋ ਰਹੀ ਹੈ ਜਿੱਥੇ ਨਕਲੀ ਗਹਿਣਿਆਂ ਦੇ ਉੱਤੇ ਵੀ ਸਰਕਾਰੀ ਸਟੈਂਪ ਲੱਗ ਰਹੀ ਹੈ, ਜਿਸ ਕਰਕੇ ਦੁਕਾਨਦਾਰ ਵੀ ਭੁਲੇਖਾ ਖਾ ਜਾਂਦੇ ਨੇ ਤੇ ਕਈ ਵਾਰ ਬਿਨਾਂ ਚੈੱਕ ਕੀਤੇ ਗਹਿਣੇ ਖਰੀਦ ਵੀ ਲੈਂਦੇ ਨੇ। ਮਾਮਲਾ ਖੰਨਾ ਦੇ ਸਰਾਫਾ ਬਾਜ਼ਾਰ ਦਾ ਆਇਆ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਇਹ ਦੋ ਮੁੰਡੇ ਪਹੁੰਚੇ ਸਨ ਜਿਨ੍ਹਾਂ ਕੋਲ ਸੋਨੇ ਦੀ ਮੁੰਦਰੀ ਤੇ ਵਾਲੀਆਂ ਸਨ ਜਿਨ੍ਹਾਂ ਨੂੰ ਵੇਚਣਾ ਚਾਹੁੰਦੇ ਸਨ, ਪਰ ਜਿਵੇਂ ਹੀ ਦੁਕਾਨਦਾਰ ਨੇ ਗਹਿਣੇ ਮਸ਼ੀਨ 'ਚ ਰੱਖੇ ਤਾਂ ਸਾਰਾ ਕੁਝ ਹੀ ਸਾਫ਼ ਹੋ ਗਿਆ ਕਿਉਂਕਿ ਗਹਿਣੇ ਨਕਲੀ ਸਨ। ਹਾਲਾਂਕਿ ਇਹਨਾਂ ਗਹਿਣਿਆਂ ਦੇ ਉੱਤੇ ਸਰਕਾਰੀ ਸਟੈਂਪ ਵੀ ਲੱਗੀ ਹੋਈ ਸੀ, ਮਾਰਕਾ ਲੱਗਿਆ ਹੋਇਆ ਸੀ, ਜਿਸ ਨੂੰ ਦੇਖ ਕੇ ਕੋਈ ਵੀ ਇਹ ਸ਼ੱਕ ਨਹੀਂ ਜਤਾ ਸਕਦਾ ਕਿ ਗਹਿਣੇ ਨਕਲੀ ਨੇ। ਇਹ ਤਾਂ ਮਸ਼ੀਨ ਦੇ ਵਿੱਚ ਰੱਖਣ ਤੋਂ ਬਾਅਦ ਪਤਾ ਲੱਗਿਆ ਕਿ ਗਹਿਣੇ ਨਕਲੀ ਨਿਕਲੇ ਨੇ, ਜਿਸ ਤੋਂ ਬਾਅਦ ਸੁਨਿਆਰੇ ਨੇ ਪੁਲਿਸ ਨੂੰ ਬੁਲਾਇਆ ਅਤੇ ਮੌਕੇ ਤੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ, ਜਦਕਿ ਦੂਜਾ ਮੁੰਡਾ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਨਕਲੀ ਗਹਿਣੇ ਕਿੱਥੋਂ ਬਣ ਕੇ ਆ ਰਹੇ ਨੇ ਇਸ ਦਾ ਵੀ ਖੁਲਾਸਾ ਜਲਦ ਹੋਏਗਾ। ਇਹ ਮਾਮਲਾ ਇਸ ਤਰ੍ਹਾਂ ਹੈ ਜੀ, ਇਹ ਮੰਡੀ ਗੋਬਿੰਦਗੜ੍ਹ ਦੇ ਦੋ ਆਪਣੇ ਕਸਟਮਰ ਸੀਗੇ, ਦੋ ਮੁੰਡੇ ਆਪਣੇ ਕੋਲ ਆਏ ਸੀਗੇ, ਉਹਨਾਂ ਵਿੱਚ ਇੱਕ ਜਿਹੜਾ ਮੁੰਡਾ ਸੀਗਾ ਉਹ ਮਲਕੀਤ, ਉਹ ਆਪਣਾ ਕਸਟਮਰ ਸੀਗਾ, ਉਹ ਆਪਣੇ ਕੋਲ ਪੁਰਾਣਾ ਆਉਂਦਾ ਜਾਂਦਾ ਸੀਗਾ ਅਤੇ ਉਹ ਕਿਸੇ ਨੂੰ ਨਾਲ ਆਪਣੇ ਲੈ ਕੇ ਆਇਆ ਆਪਣੇ ਫਰੈਂਡ ਨੂੰ, ਜੋ ਕਿ ਉਹਨਾਂ ਕੋਲ ਸੋਨੇ ਦਾ ਸਮਾਨ ਸੀਗਾ, ਬਾਲੀਆਂ ਅਤੇ ਇੱਕ ਰਿੰਗ, ਜਿਹੜਾ ਸੋਨੇ ਦਾ ਸਮਾਨ ਸੀ ਉਹ ਦੋਨੇ ਚੀਜ਼ਾਂ ਡੁਪਲੀਕੇਟ ਸੀਗੀਆਂ, ਸੋਨੇ ਦੀਆਂ ਨਹੀਂ ਸੀਗੀਆਂ, ਔਰ ਉਹਨਾਂ ਦੇ ਥੱਲੇ ਜਿਹੜੀ ਸਟੈਂਪਿੰਗ ਹੋਈ ਪਈ ਸੀਗੀ ਉਹ ਸਟੈਂਪਿੰਗ ਹੋਈ ਪਈ ਸੀ ਹੋਲਮਾਰਕ ਪਾਸ, ਜਿਹਨੂੰ ਕੋਈ ਅਸੀਂ ਮੰਨਦੇ ਹਾਂ ਵੀ ਇਹ ਗੌਰਮੈਂਟ ਵੱਲੋਂ ਪਾਸ ਹੈ, ਔਰ ਇਹਦੇ ਵਿੱਚ 916 ਗੋਲਡ ਦੀ ਪਿਓਰਟੀ ਹੈ। ਜਦੋਂ ਮੈਂ ਮਸ਼ੀਨ 'ਤੇ ਚੈੱਕ ਕਰਾਇਆ ਉਹ ਸਮਾਨ ਤਾਂ ਸਾਰਾ ਸਮਾਨ ਦੂਜਾ ਨਿਕਲਿਆ, ਯਾਨੀ ਕਿ 0 ਟਨ 'ਚ,
ਅਤੇ ਮੈਂ ਜਦ ਮਸ਼ੀਨ ਤੋਂ ਲੈਬ ਲੈ ਟੈਸਟਿੰਗ ਰਿਪੋਰਟ ਲੈ ਕੇ ਆਇਆ ਆਪਣੀ ਦੁਕਾਨ 'ਤੇ ਤਾਂ ਇੱਕ ਮੁੰਡਾ ਉਰੇ ਬੈਠਾ ਰਹਿ ਗਿਆ, ਦੂਜਾ ਮੁੰਡੇ ਨੂੰ ਪਤਾ ਸੀਗਾ ਵੀ ਸਮਾਨ ਜੀਰੋ, ਉਹ ਫਰਾਰ ਹੋ ਗਿਆ। ਉਹ ਫਰਾਰ ਕਿਹੜਾ ਹੋਇਆ? ਜਿਹੜਾ ਮੁੰਡਾ ਡੁਪਲੀਕੇਟ ਸਮਾਨ ਲੈ ਕੇ, ਜਿਹੜਾ ਜੈਨੂਨ ਮੁੰਡਾ ਸੀਗਾ, ਜਿਹੜਾ ਮੇਰੀ ਦੁਕਾਨ 'ਤੇ ਕਈ ਸਾਲਾਂ ਤੋਂ ਆ ਰਿਹਾ ਮੇਰਾ ਐਜ਼ ਕਸਟਮਰ ਆ, ਉਹ ਬੈਠਾ ਰਹਿ ਗਿਆ। ਜੀ ਜੀ, ਇਹ ਉਹਨਾਂ ਦਾ ਫਰੈਂਡ ਸੀਗਾ ਜੀ। ਮਲਕੀਤ, ਅੱਗੇ ਬਸ ਇਹੀ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਜਿਹੜਾ ਜਾਲੀ ਸਮਾਨ ਤਿਆਰ ਹੋ ਕੇ ਆ ਰਹੇ ਆ, ਵੀ ਇਹਨਾਂ ਦਾ ਗਰੋਹ ਹੈ ਜੀ ਇਹ, ਮੰਡੀ ਗੋਬਿੰਦਗੜ੍ਹ ਦੇ ਮੁੰਡੇ ਨੇ, ਸਾਡੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਚੁੱਕੀ ਹੈ ਜੀ। ਠੀਕ ਹੈ, ਅਸੀਂ ਤਾਂ ਬਸ ਇਹੀ ਮੰਗ ਕਰਦੇ ਹਾਂ ਵੀ ਇਹ ਕਿੱਥੋਂ ਸਮਾਨ ਤਿਆਰ ਹੋ ਰਿਹਾ, ਕੌਣ ਇਹੋ ਜਿਹੇ ਸ਼ਖਸ ਨੇ ਜਿਹੜੇ ਜਾਲੀਆਂ ਸਟੈਂਪਾਂ ਲਾ 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 ਕੇ ਸਮਾਨ ਭੇਜ ਰਹੇ ਨੇ। ਬਿਲਕੁਲ ਬਿਲਕੁਲ, ਅਸੀਂ ਪੁਲਿਸ ਨੂੰ ਆਪਣੇ ਇਤਲਾਹ ਦਿੱਤੀ ਹੈ ਜੀ। ਪੁਲਿਸ ਮੁਲਾਜ਼ਮ, ਦੋ ਮੁਲਾਜ਼ਮ ਸਾਡੀ ਸ਼ੋਪ 'ਤੇ ਆਏ ਨੇ, ਜਿਹੜੇ ਉਹ ਦੋਨੇ ਚੋਰ ਸੀਗੇ, ਇੱਕ ਤਾਂ ਫਰਾਰ ਹੀ ਹੋ ਗਿਆ ਸੀਗਾ, ਇੱਕ ਨੂੰ ਮਲਕੀਤ ਜੀ ਨੂੰ ਉਹ ਨਾਲ ਲੈ ਗਏ।